संत महाराज बाबा अतर सिंह जी मस्तुबाना साहब के समय से एक घटना वापरी, जिस वेले महाराजा पटियाला महाराजा भुपिंदर सिंह जिंदा सी, वो महाराजा पटियाला होर राजे महाराजे एक दफा दिल्ली दरबार विच इंग्लैंड का राजा जॉर्ज पंजम आ गया। राजे बदलते रहते ने, कोई पांच साल बाद कोई कदों। वो जिहड़ा जॉर्ज पंजम सी उहदे मन विच ख्याल आया भी देखिए धर्म किन्ने ने। उस वेले धर्म सी एक इस्लाम धर्म, एक हिंदू धर्म, एक अपना सिख धर्म ते एक ईसाई। हालांकि पहला दो सी हिंदू ते मुसलमान, ईसाई भी बने ईसा मसीह तो, ते गुरु नानक पातशाह ने आ खालसा पंथ लैदा साज दिता। उन्हें दिल्ली विच आके राजियां दी मीटिंग कीती, राजियो तुसी एक पंजाब दे रहन वाले राजे महाराजे, महाराजा हीरा सिंह, महाराजा पटियाला, जींद रियासत दे मालक, बहुत राजे महाराजे एकत्र होए। वो कहिंदा मैं एक चीज देखनी चाहुंदा। कहने दसो जी, हर अंग्रेज हर चीज की हद तक जाना चाहते हैं, हद तक। वो कहिंदा ऐस वेले हिंदुस्तान दे विच चार धर्म चलते हैं, मैं चारां दे दर्शन करने चाहुंदा। जिहड़े चारे अवतार ने, मैं उहनां दे आगूआं दा दर्शन करना चाहुंदा। दिल्ली किसे धर्म नूं माड़ा ना कहो, किसे धर्म दी निंदिया ना करो। आओ, ਇਹ ਗੱਲ ਦਾ ਪਤਾ ਲੱਗਿਆ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੁਆਣਾ ਸਾਹਿਬ, ਜਿਨ੍ਹਾਂ ਨੂੰ 20ਵੀਂ ਸਦੀ ਦੇ ਅਵਤਾਰ ਕਿਹਾ ਗਿਆ। ਅਵਤਾਰਾਂ ਵਿੱਚੋਂ 20ਵੀਂ ਸਦੀ ਦੇ ਅਵਤਾਰ। ਦਿਨ ਆ ਗਿਆ ਜਿੱਦਣ ਜਾਰਜ ਪੰਜਮ ਨੇ ਦਰਸ਼ਨ ਕਰਨੇ ਸੀ। संत महाराज जी कहिंदे महाराज पटियाले नूं, भुपिंदर सिंह आपां भाई एक अनोखी जी गल करनी है बखरी। संतां की भगतां की चाल नराली, भगतां दी जिहड़ी चाल है बखरी है। कहिंदा जी हुक्म कर। संत महाराज कहिंदे आपां बखरा काम करना है। दिल्ली दे अंदर बहुत शरदा दे नाल कहिंदे कई हाथी मंगाए गए। वैसे ये जिहड़ी कहानी है ये बड़ी दिलचस्प है और है बहुत लंबी। नगर कीर्तन का ही बड़ा आनंद लिखा हुआ है भी किहो जिहा नगर कीर्तन सी। इहदे विचों आपां ने थोड़े थोड़े पॉइंट लेने ने याद रखण वाले। चारे धर्मां दा अंदर जाण दा टाइम आ गया। सारियां तो पहला कौन गया?
ਉਹ ਕਹਿੰਦੇ ਜੀ ਹਿੰਦੂ ਧਰਮ ਦੇ ਆਗੂ ਆ ਗਏ, ਚੰਗੇ ਚੰਗੇ ਵੇਦ ਸ਼ਾਸਤਰ ਆਚਾਰੀਆ ਵਗੈਰਾ। ਉਹ ਕਹਿੰਦਾ ਆਓ ਜੀ ਜੀ ਆਇਆਂ ਨੂੰ। ਉਹ ਕਹਿੰਦੇ ਤੁਹਾਡੇ ਕੋਲ ਕਿਹੜਾ ਗ੍ਰੰਥ ਹੈ, ਕੌਣ ਗੁਰੂ ਹੈ ਤੁਹਾਡਾ? ਉਹਨਾਂ ਨੇ ਜਦੇ ਸ਼੍ਰੀਮਤ ਭਾਗਵਤ ਪੁਰਾਣ, ਇੱਕ ਧਿਆਨ ਦੇਣਾ ਹਿੰਦੂ ਧਰਮ ਦੇ ਵਿੱਚ 18 ਪੁਰਾਣ ਨੇ, ਸ਼੍ਰੀਮਤ ਭਾਗਵਤ ਪੁਰਾਣ 18ਵਾਂ ਪੁਰਾਣ ਹੈ। ਉਹ ਕਹਿੰਦੇ ਜੀ ਆਹ ਸਾਡੇ ਕੋਲ ਸ਼੍ਰੀਮਤ ਭਾਗਵਤ ਪੁਰਾਣ। ਉਹ ਕਹਿੰਦਾ ਅੱਛਾ ਚਲੋ ਆਪਣੇ ਆਸਣ ਤੇ ਬੈਠੋ। ਬਾਦਸ਼ਾਹ ਕਹਿੰਦਾ ਠੀਕ ਹੈ, ਇਹ ਪਹਿਲਾ ਧਰਮ ਆ ਗਿਆ ਆਪਦੇ ਗੁਰੂ ਨੂੰ ਮਿਲ, ਦੂਜੇ ਕਿਹੜੇ ਆਉਂਦੇ ਨੇ? ਕਹਿੰਦੇ ਜੀ ਦੂਜੇ ਆ ਗਏ ਇਸਲਾਮ ਵਾਲੇ। ਉਹ ਕਹਿੰਦੇ ਆਓ ਭਾਈ ਮੁਹੰਮਦ ਵੀਰੋ, ਤੁਹਾਡੇ ਕੋਲ ਕਿਹੜੀ ਬਾਣੀ ਹੈ? ਕਹਿੰਦੇ ਸਾਡੇ ਕੋਲ ਸ਼੍ਰੀ ਕੁਰਾਨ ਸ਼ਰੀਫ ਮੁਹੰਮਦ ਸਾਹਿਬ ਦੀ ਅੰਜੀਲ, ਇਹੋ ਜੀ ਗ੍ਰੰਥ। ਕਹਿੰਦਾ ਚਲੋ ਦੂਜੇ ਨੰਬਰ ਤੇ ਬੈਠ ਗਏ। ਹੁਣ ਤੀਜੇ ਕਿਹੜੇ ਆ ਗਏ? ਰਾਜੇ ਦੇ ਜਾਰਜ ਪੰਜਮ ਦੀ ਆਪਣੀ ਆ ਗਈ ਹੁਣ, ਕਿਉਂਕਿ ਉਹ ਵੀ ਈਸਾਈ ਸੀ। ਉਹ ਕਹਿੰਦੇ ਜੀ ਈਸਾ ਮਸੀਹ ਜੀ ਦੀ ਬਾਣੀ ਆ ਗਈ। ਕੀ ਕਹਿੰਦੇ? ਬਾਈਬਲ। ਕਹਿੰਦਾ ਹਾਂ ਠੀਕ ਹੈ ਚਲੋ ਬਈ। ਤੀਜੇ ਉਹ ਬੈਠ ਗਏ। ਨਾਲ ਦੇ ਸੈਕਟਰੀ ਨੂੰ ਪੁੱਛਦਾ ਚੌਥਾ ਧਰਮ ਰਹਿ ਗਿਆ? ਕਹਿੰਦੇ ਸਿੱਖਾਂ ਦਾ ਧਰਮ। ਉਹ ਤਾਂ ਜੀ ਕਹਿੰਦੇ ਜੀ ਆ ਰਿਹਾ। ਕਹਿੰਦੇ ਆ ਰਿਹਾ ਕਿਵੇਂ? ਸੰਤ ਮਹਾਰਾਜ ਨੇ ਆਖਿਆ ਪੰਜ ਪਿਆਰੇ ਸਾਜੋ, ਪੰਜ ਪਿਆਰੇ ਸਾਜੇ। ਬਾਦਸ਼ਾਹ ਨੇ ਕਿਹਾ ਬੈਂਡ ਬਾਜਾ ਲਿਆਓ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਬਹੁਤ ਪਵਿੱਤਰ ਤਰੀਕੇ ਨਾਲ ਇੱਕ ਹਾਥੀ ਦੇ ਉੱਤੇ ਸਵਾਰਾ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ। ਇੱਕ ਹਾਥੀ ਦੇ ਉੱਤੇ ਸੰਤ ਮਹਾਰਾਜ ਮਸਤੀ ਦੇ ਵਿੱਚ ਬੈਠੇ ਨੇ, ਇੱਕ ਹਾਥੀ ਮਹਾਰਾਜਾ ਭੁਪਿੰਦਰ ਸਿੰਘ ਦਾ ਆ ਰਿਹਾ, ਰਾਜਿਆਂ ਦਾ। ਇੱਕ ਸੇਵਾਦਾਰ ਆ ਕੇ ਕਹਿੰਦਾ ਮੈਂ ਹੁਣ ਇਹ ਵਿੱਚੋਂ ਇੱਕ ਨੁਕਤਾ, ਇਹ ਵੀ ਉਹਦੇ ਚੋਂ ਨੁਕਤਾ ਲੱਭਿਆ ਤਾਂ ਕਰਕੇ, ਨਹੀਂ ਮੈਂ ਪਹਿਲਾਂ ਬੜੀ ਦਫਾ ਇਹ ਸਾਖੀ ਸੁਣਾਈ, ਹਾਥੀਆਂ ਦਾ ਜ਼ਿਕਰ ਨਹੀਂ ਸੀ ਕੀਤਾ, ਇਹ ਪੜਿਆ ਉਹਨਾਂ ਦੇ ਪਵਿੱਤਰ ਉਸ ਜੀਵਨ ਵਿੱਚੋਂ। ਇੱਕ ਸਿੱਖ ਨੇ ਆ ਕੇ ਇੱਕ ਰਾਜੇ ਨੂੰ ਕਿਹਾ ਕਿ ਮਹਾਰਾਜ ਜੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੂੰ ਗੁਰੂ ਦੀ ਤਾਬਿਆ ਚ ਬਹਾ ਦਿਓ। ਧਿਆਨ ਦਿਓ ਬਾਬਾ ਜੀ ਇਸ ਗੱਲ ਵੱਲ ਥੋੜਾ ਜਿਹਾ। ਸੰਤ ਮਹਾਰਾਜ ਨੂੰ, ਬਾਬਾ ਅਤਰ ਸਿੰਘ ਜੀ ਨੂੰ ਜੇ ਤੂੰ ਬੇਨਤੀ ਕਰੇ, ਮਹਾਰਾਜੇ ਪਟਿਆਲੇ ਨੂੰ ਕਿਹਾ ਭੁਪਿੰਦਰ ਸਿੰਘ ਤਾਬਿਆ ਚ ਬਹਿ ਜਾਣ। ਇੱਕ ਸੇਵਾਦਾਰ ਗਿਆ, ਉਹ ਆਪਦੀ ਮਸਤੀ ਚ ਨੇਤਰ ਬੰਦ ਕਰੀ ਬੈਠੇ। ਸੇਵਾਦਾਰ ਨੇ ਜਾ ਕੇ ਚਰਨੀ ਹੱਥ ਲਾਇਆ, ਗੋਡੀ ਹੱਥ। ਮਹਾਰਾਜ ਕਹਿੰਦੇ ਭਾਈ ਦੱਸੋ। ਕਹਿੰਦੇ ਮਹਾਰਾਜਾ ਸਾਹਿਬ ਬੇਨਤੀ ਕਰਦੇ ਨੇ ਕਿ ਤੁਸੀਂ ਕਿਰਪਾ ਕਰੋ ਤਾਬਿਆ ਚ ਬੈਠੋ। ਸੰਤ ਮਹਾਰਾਜ ਪਤਾ ਕੀ ਕਹਿੰਦੇ? ਉਹ ਕਹਿੰਦੇ ਹੋ ਪਿਆਰਿਓ, ਮੈਂ ਤਾਂ 24 ਘੰਟੇ ਤਾਬਿਆ ਚ ਬੈਠਾ, 24 ਘੰਟੇ ਮੈਂ ਤਾਂ ਤਾਬਿਆ ਚ ਉੱਠੇ ਹੀ ਨਹੀਂ।
ਤੁਸੀਂ ਤਾਬਿਆਂ 'ਚ ਕਿਸੇ ਸਿੱਖ ਨੂੰ ਬਹਾਓ ਜਿਹੜਾ ਅਜੇ ਬੈਠਿਆ ਨਾ ਹੋਵੇ। ਮਹਾਂਪੁਰਖ ਦੀ ਰਮਜ ਨੂੰ ਨਹੀਂ ਸਮਝ ਸਕੇ। ਫਿਰ ਬਦਲਤੀ ਗੱਲ, ਕਹਿੰਦੇ ਭਾਈ ਤਾਬਿਆਂ 'ਚ ਤਾਂ ਫਲਾਣੇ ਸਿੱਖ ਨੂੰ ਬਹਾਓ, ਉਹ ਹੀ ਸੁਸ਼ੋਭਿਤ ਹੋਵੇਗਾ। ਮੈਂ ਤਾਬਿਆਂ 'ਚ ਨਹੀਂ ਬਹਿਣਾ, ਕਿਉਂਕਿ ਮੈਂ ਤਾਂ ਤਾਬਿਆਂ 'ਚ ਪਹਿਲਾਂ ਹੀ ਬੈਠਾ। ਜਿਹੜਾ ਤਾਬਿਆਂ 'ਚ ਬੈਠਾ ਨਾ, ਗੁਰੂ ਦੇ ਚਰਨਾਂ 'ਚ ਬੈਠਾ, ਕਈ ਸ਼ਬਦ ਸਾਡੇ ਸਿਰਾਂ ਦੇ ਉੱਪਰ ਦੀ ਲੰਘ ਜਾਂਦੇ ਨੇ, ਹਿਰਦੇ 'ਚ ਨਹੀਂ ਜਾਂਦੇ, ਕਿਉਂਕਿ ਆਪਣੇ ਕੋਲ ਸਮਝਣ ਵਾਲੀ ਬੁੱਧ ਨਹੀਂ ਹੁੰਦੀ। ਉਹ ਕਹਿੰਦੇ ਮੈਂ ਤਾਂ ਤਾਬਿਆਂ 'ਚ ਬੈਠਾ, ਫਲਾਣੇ ਸਿੱਖ ਦਾ ਇੱਕ ਦਾ ਨਾਂ ਲਿਆ, ਕਹਿੰਦੇ ਉਹਨੂੰ ਬਹਾਓ ਤਾਬਿਆਂ 'ਚ, ਉਹ ਸਿੱਖ ਬੈਠਣ ਬਹਿ ਗਏ। ਉਹ ਹਾਥੀ ਬਾਗੀ ਦੇ ਬਾਹਰ ਖੜ ਗਏ। ਗੁਰੂ ਸਾਹਿਬ ਵਾਲਾ ਹਾਥੀ ਜਾ ਰਿਹਾ, ਕਹਿੰਦੇ ਸੰਤ ਮਹਾਰਾਜ ਜੀ ਆਪ ਸੰਗਤਾਂ ਦੇ ਨਾਲ ਚੱਲ ਪਏ। ਸੰਗਤ ਮਗਰ ਹੈ, ਮੂਹਰੇ ਬੈਂਡ ਵਾਜਾ ਵੱਜਦਾ, ਲਾਲ ਕਿਲੇ ਦਾ ਪਹਿਲਾ ਦਰਵਾਜ਼ਾ ਲੰਘ ਕੇ ਅੰਦਰ ਚਲੇ ਗਏ। ਹੁਣ ਸੰਤ ਮਹਾਰਾਜ ਨੇ ਕਿਹਾ, ਸੰਗਤੇ ਆਹ ਜਿਹੜੀਆਂ ਧਾਰਨਾ ਨੇ ਨਾ, ਕਈ ਪੁਰਸ਼ ਕਹਿੰਦੇ ਨੇ ਵੀ ਇਹ ਕੱਚੀਆਂ ਧਾਰਨਾ ਨੇ, ਕੱਚੀਆਂ ਧਾਰਨਾ ਨਹੀਂ, ਇਹ ਪੱਕੀਆਂ ਧਾਰਨਾ ਨੇ, ਪੱਕੀਆਂ, ਜਿਹਦੇ 'ਚ 20ਵੀਂ ਸਦੀ ਦਾ ਅਵਤਾਰ ਮੋਹਰ ਲਾ ਗਿਆ, ਉਹਨੂੰ ਕੱਚਾ ਕੌਣ ਕਹਿ ਸਕਦਾ? ਕੱਚਾ ਉਹ ਕਹੇਗਾ ਜਿਹੜਾ ਆਪ ਕੱਚਾ। ਮਹਾਰਾਜ ਕਹਿੰਦੇ ਅਸੀਂ ਧਾਰਨਾ ਪੜ੍ਹਾਂਗੇ, ਸੰਗਤ ਨੇ ਉੱਚੀ ਪੜ੍ਹਨੀ ਹੈ। ਇਹ ਉਹਨਾਂ ਦੀ ਖੁਸ਼ੀ ਸੀ, ਉਹਨਾਂ ਦਾ ਮਤਲਬ ਸੀ ਧਾਰਨਾ ਉੱਚੀ ਪੜ੍ਹੋ, ਆਪਣੇ ਆਪ ਨੂੰ ਭੁਲਾ ਦਿਓ ਵੀ ਕਿੱਥੇ ਆ। ਕਈ ਬੰਦੇ ਤਾਂ ਇਉਂ ਦੱਸਿਆ ਵੀ ਧਾਰਨਾ ਪੜ੍ਹਦੇ ਪੜ੍ਹਦੇ ਡਿੱਗ ਪੈਂਦੇ ਬੇਸੁਰ ਤੋਂ ਕੇ, ਇੰਨਾ ਉੱਚੀ ਪੜ੍ਹਾਉਂਦੇ। ਪਰ ਉਹਨਾਂ ਦਾ ਵੀ ਕੋਈ ਰਾਜ ਹੋਵੇਗਾ। ਮਹਾਰਾਜ ਨੇ ਧਾਰਨਾ ਪੜ੍ਹੀ, ਜਿਉਂ ਹੀ ਧਾਰਨਾ ਸੰਗਤ ਨੇ ਪੜ੍ਹੀ, ਬਸ ਵੇ ਸਵਾਮੀ ਜੀ ਨੇ ਇੱਕ ਸ਼ੇਰ 'ਚ ਲਿਖਿਆ, ਕਹਿੰਦੇ ਜਿਹਦੇ ਦਰਸ਼ ਕੀਤਿਆਂ ਨਾ ਮਨ ਨੂੰ ਸ਼ਾਂਤ ਆਵੇ, ਜਿਹਦੇ ਦਰਸ਼ਨ ਕੀਤਿਆਂ 'ਤੇ ਮਨ ਨੂੰ ਸ਼ਾਂਤੀ ਨਾ ਆਵੇ, ਕਹਿੰਦੇ ਦਰਬਾਰ ਮੰਜ਼ਿਲ 'ਤੇ ਗਿਆ ਫਕੀਰ ਕਾਹਦਾ। ਉਹ ਮੰਜ਼ਿਲ 'ਤੇ ਫਕੀਰ ਗਿਆ ਨਹੀਂ, ਬਸ ਇਹ ਪੂਰਨ ਫਕੀਰ ਨੇ, ਗੁਰੂ ਸਾਹਿਬ ਦੀ ਸਵਾਰੀ ਅੱਗੇ ਹੈ, ਸੰਤ ਮਹਾਰਾਜ ਪਿੱਛੇ ਹੈ। ਜਾਦੇ ਧਾਰਨਾ ਜਾਰਜ ਪੰਜਵ ਦੇ ਕੰਨਾਂ ਦੇ ਰਾਹੀਂ ਹਿਰਦੇ 'ਚ ਗਈ, ਪਤਾ ਤਾਂ ਹੈ ਨਹੀਂ ਸੀ। ਨਾਲ ਦੇ ਸੈਕਟਰੀ ਨੂੰ ਪੁੱਛਿਆ ਇਹਦਾ ਅਰਥ ਕੀ ਹੈ, ਫਿਰ ਕਹਿੰਦੇ ਜਾਰਜ ਪੰਜਵ ਤੋਂ ਰਿਹਾ ਨਾ ਗਿਆ, ਕੁਰਸੀ ਤੋਂ ਉੱਠ ਖੜਿਆ, ਆਪਣੇ ਆਪ ਉੱਠਿਆ, ਆਪਣੇ ਆਪ ਹੱਥ ਜੋੜ ਲਏ। ਪਤਾ ਨਹੀਂ ਕਿਹੜੀ ਸ਼ਕਤੀ ਨੇ ਜਾਰਜ ਪੰਜਮ ਦਾ ਸੀਸ ਵੀ ਝੁਕਾ ਦਿੱਤਾ। ਆਮ ਸਿਰ ਝੁਕਦਾ ਕਿਤੇ, ਕੌਣ ਝੁਕਾਉਂਦਾ, ਕੌਣ ਝੁਕਦਾ? ਪਰ ਉਹ ਪਵਿੱਤਰ ਧਾਰਨਾ, ਕਿਉਂਕਿ ਰਾਜੇ ਨੂੰ ਸੰਬੋਧਨ ਕਰਕੇ ਕਿਹਾ ਸੀ, ਇਹਨਾਂ ਹਰ ਜੀ ਮੇਰਾ ਰਾਜਿਆਂ ਦਾ ਰਾਜਾ, ਚੁੱਪ ਰਾਜੇ ਦੁਨੀਆਂ ਦੇ, ਇਹਨਾਂ ਹਰ ਜੀ ਮੇਰਾ ਰਾਜਿਆਂ ਦਾ ਰਾਜਾ, ਚੁੱਪ ਰਾਜੇ ਦੁਨੀਆਂ ਦੇ। ਗੁਰੂ ਗ੍ਰੰਥ ਸਾਹਿਬ ਵੱਲ ਨੂੰ ਇਸ਼ਾਰਾ ਕਰਕੇ ਕਹਿੰਦੇ ਆ,
झूठे राजे दुनिया के चार रोल के राजे उसी